ਚਾਹੇ ਉਹ ਹੱਥ ਰੱਖੋ ਪਿੱਛੇ ਦੇ ਤਰ੍ਹਾਂ ਨਾ ਉਤਰੇ ਤੁਹਾਨੂੰ ਤੁਹਾਨੂੰ ਕਮੀਜ਼ ਲਾਣੀ ਪੈਣੀ ਪਿੱਛਾ, ਫਿਰ ਆਪਣੀ ਜਗ੍ਹਾ ਸੱਟ ਜਾਣਾ, ਹੱਥ ਧੋਵੋ ਪਹਿਲੇ, ਕਮੀਜ਼ ਉਤਾਰੋ, ਐਬਡੋਮੀਨਲ ਕੈਪਟੀ ਜੇ ਪ੍ਰੋਲੈਪਸ, ਯੂਟਰਾਈਨ ਪ੍ਰੋਲੈਪਸ ਜਿਹੜਾ ਹੁੰਦਾ ਨਾ, ਜਿਹੜੀ ਦੇਰ ਤੋਂ ਐਬਡੋਮੀਨਲ ਕੈਪਟੀ ਜਿਹੜੀ ਤੁਸੀਂ ਲੈ ਕੇ ਜਾਓਗੇ, ਪੈਲਵਿਕ ਬੋਨ 'ਚ ਰੱਖੋਗੇ, ਪੈਲਵਿਕ ਕੈਪਟੀ 'ਚ ਰੱਖੋਗੇ, ਤਾਂ ਫਿਰ ਤਾਂ ਨਹੀਂ ਨਾ ਪਿੱਛਾ ਪਰਫੈਕਟ ਠੀਕ ਹੋਏਗਾ, ਐਡਜਸਟਮੈਂਟ ਇਨ ਦੀ ਐਬਡੋਮੀਨਲ ਕੈਪਟੀ 'ਚ ਹੋਏਗੀ। ਔਰ ਸਰ ਹਮਨੇ ਇਸਕੋ ਇੰਟਰਾਯੂਟਰਾਈਨ ਜੋ ਪੈਸਰੀਜ ਵਗੈਰਾ ਰੱਖੇਗੇ, ਔਰ ਸਾਥ ਹਮਨੇ ਐਂਟੀਬਾਇਓਟਿਕ ਜੋ ਇੰਜੈਕਸ਼ਨ ਇਸਕੋ ਲਗਾਣੇ, ਵਹ ਮੋਕਸੇਥਰੀਨ, ਜੈਂਡਾਮਾਈਸਿਨ ਔਰ ਮਲੋਕਸੀਕਿਨ ਪੇਨ ਕਿਲਰ ਲਗਾਏਗੇ। ਐਂਟੀ ਅਲਰਜਿਕ ਕੇ ਤੌਰ ਪਰ ਹਮ ਇਸਕੋ ਏਵਲ ਕੇ ਇੰਜੈਕਸ਼ਨ ਜਾਂ ਮੈਪਰਾਸਨ ਕੇ ਇੰਜੈਕਸ਼ਨ ਦੇਗੇ। ਚਲੋ ਚਲੋ ਮੇਰਾ ਬਾਈ, ਜਲਦੀ ਆਓ ਜਲਦੀ ਆਓ। ਜਿਤਨੀ ਦੇਰ ਤੱਕ ਆਪਣੇ ਐਬਡੋਮੀਨਲ ਕੈਪਟੀ ਮੇਂ ਯੇ ਯੂਟਰਾਈਨ ਪ੍ਰੋਲੈਪਸ ਕੋ ਇਫੈਕਟ ਨਹੀਂ ਕਰੇਂਗੇ, ਫਿੱਟ ਨਹੀਂ ਕਰੇਂਗੇ, ਉਤਨੀ ਦੇਰ ਤੱਕ ਆਪ ਕਭੀ ਵੀ ਜਾਨਵਰ ਕਾ ਮਸਲਾ ਹੱਲ ਨਹੀਂ ਕਰ ਸਕਦੇ। ਉਹ ਦੇਖੋ ਜੀ, ਦੇਖ ਰਿਹਾ ਬਾਈ ਵੀ ਪਿੱਛੇ ਕਾ ਲਾਜ਼ਮ ਕਰ ਰਹੇ।